ਜਿਹੜੀ ਖਪਾਈ ਹੈ ਘੰਟਾ ਘਰ ਵੱਲੋਂ ਜਿਹੜੇ ਚੜ ਕੇ ਸੀ ਆ ਰਹੇ ਵਿੱਚ ਪ੍ਰਕਰਮਾ ਢੇਰੀ ਖਾਲਸੇ ਨੇ ਲਾਈ ਹੈ ਕਿ ਇਸ ਬਰਾੜ ਦੀ ਜ਼ਬਾਨੀ ਹੈ ਘੰਟਾ ਘਰ ਵੱਲੋਂ ਜਿਹੜੇ ਚੜ ਕੇ ਸੀ ਆ ਰਹੇ ਵਿੱਚ ਪ੍ਰਕਰਮਾ ਢੇਰੀ ਖਾਲਸੇ ਨੇ ਲਾਈ ਹੈ ਗੁਰਮੁਖ ਸਿੰਘਾ ਜੱਗ ਤੇ ਅਮਰ ਸਦਾ ਰਹਿਣਗੇ ਉਹ ਅਕਾਲ ਤਖ਼ਤ ਸਾਹਿਬ ਤੇ ਸ਼ਹੀਦੀ ਜਿਨ੍ਹਾਂ ਆਪ ਤੱਕੀਏ ਇਸ ਬਰਾੜ ਦੀ ਕਲਮ ਤੋਂ ਲਿਖੀ ਹੋਈ ਕਿਤਾਬ ਦੇ ਵਿੱਚੋਂ ਨਕਸ਼ਾ ਹੈ ਤੇ ਵਲਟੋਏ ਦਾ ਢਾਡੀ ਜਥਾ ਬਿਨੇ ਕਰਦਾ ਹੈ। ਇਹ ਗੋਲੀਆਂ ਸਰਕਾਰ ਨੇ ਅਕਾਲ ਤਖ਼ਤ ਸਾਹਿਬ ਨੂੰ ਜਾਂ ਅਕਲ ਆਈ ਖਬਰ ਕੱਲ੍ਹ ਆਈ ਪੜ੍ਹੀ ਤੁਸਾਂ ਕੱਲ੍ਹ ਇਹ ਪਹਿਲਾਂ ਕਹਿੰਦੇ ਸੀ ਅਕਾਲ ਤਖ਼ਤ ਸਾਹਿਬ ਨੂੰ ਕੋਈ ਗੋਲੀ ਨਹੀਂ ਵੱਜੀ। ਕੱਲ੍ਹ ਦੇ ਅਜੀਤ ਅਖਬਾਰ ਦੀ ਕਹਾਣੀ ਪੜ੍ਹ ਚੁੱਕੇ ਹੋਵੋਗੇ ਉਹਦੇ 'ਚ ਕਹਿੰਦੇ ਨੇ ਇਹ ਅਕਾਲ ਤਖ਼ਤ ਸਾਹਿਬ ਦੇ ਅੰਦਰ ਗੋਲੀਆਂ ਲੱਗੀਆਂ ਅੰਦਰ, ਪਰ ਇਹ ਗੋਲੀਆਂ ਲੱਗੀਆਂ ਕਿਹੜੇ ਪਾਸਿਓ? ਕਿਉਂਕਿ ਦਰਸ਼ਨੀ ਡੋੜੀ ਵਾਲੇ ਪਾਸੇ ਸੰਤ ਜਰਨੈਲ ਸਿੰਘ ਖਾਲਸਾ ਅਤੇ ਖਾਸ ਕਰਕੇ ਟਕਸਾਲ ਔਰ ਨਾਲ ਔਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਅਤੇ ਬੱਬਰ ਖਾਲਸਾ ਲੜ ਰਹੇ ਲੰਗਰ ਵਾਲੇ ਪਾਸੇ। ਹੁਣ ਉਹ ਹਰਿਮੰਦਰ ਸਾਹਿਬ ਨੂੰ ਗੋਲੀ ਨਹੀਂ ਜੇ ਮਾਰ ਸਕਦੇ, ਹਰਿਮੰਦਰ ਸਾਹਿਬ ਨੂੰ ਅੰਦਰੋਂ ਗੋਲੀਆਂ ਚੜ੍ਹਦੇ ਪਾਸਿਓ ਦੱਖਣ ਪਾਸਿਓ ਅਤੇ ਉੱਤਰ ਪਾਸਿਓ ਬਾਬਾ ਬੁੱਢਾ ਸਾਹਿਬ ਦੀ ਬੇਰ ਵਾਲੇ ਇਹਨਾਂ ਤਿੰਨਾਂ ਦਰਵਾਜ਼ਿਆਂ ਤੋਂ ਆਣ ਕੇ ਲੱਗੀਆਂ। ਉਹ ਕਹਿੰਦਾ ਲੱਗੀਆਂ ਜ਼ਰੂਰ ਨੇ, ਆ ਕੱਲ੍ਹ ਪਰਸੋਂ ਦੀ ਕੱਲ੍ਹ ਦੀ ਖਬਰ ਅਜੀਤ ਵਿੱਚ ਆਈ ਹੈ, ਪੜ੍ਹ ਸਕਦੇ ਹੋ। ਹਰਿਮੰਦਰ ਸਾਹਿਬ ਸੁਣੀਏ ਉਸ ਵੇਲੇ ਇਹ ਵਾਕਿਆ ਕਿਸ ਤਰੀਕੇ ਨਾਲ ਬੀਤਿਆ। ਵਲਟੋਏ ਦਾ ਢਾਡੀ ਜਥਾ ਹੈ ਇਉਂ ਕਹਿ ਰਿਹਾ ਪੈਂਦੀ ਗਰਮੀ ਕਰਦੀ, ਜੇਠ ਦਾ ਮਹੀਨਾ ਪੈਂਦੀ ਗਰਮੀ ਕਰਦੀ, ਵਰਤ ਗਏ ਨੇ ਪਾਣ ਜੀ ਜਦੋਂ ਚੱਲੀਆਂ ਗੋਲੀਆਂ, ਮਰ ਕੇ ਬੱਚੇ ਫਿਰਦੇ ਅਣਜਾਣ ਜੀ ਜਦੋਂ ਚੱਲੀਆਂ ਗੋਲੀਆਂ।
ਬਸ ਸੰਗ ਡਟ ਜਰ ਨਾਲ ਦਾ ਤੁਝੇ ਪਾਸ ਫੌਜ ਹੱਸ ਕੇ ਨਹੀਂ ਜੈਲਦੇ ਇੱਕ ਬਸ ਸੰਗ ਡਟ ਜਰ ਨਾਲ ਦਾ ਤੁਝੇ ਪਾਸ ਫੌਜ ਹੱਸ ਕੇ ਨਹੀਂ ਜੈਲਦੇ ਹੋ ਗਿਣਤੀ ਜਿਨ੍ਹਾਂ ਦੀ ਹੱਸੀ ਲੱਖਾਂ ਦੀ ਤਦਾਦ ਵਿੱਚ ਫਿਰ ਵੀ ਕੰਨਾਂ ਨੂੰ ਹੱਥ ਲਾਉਂਦੇ ਨੇ ਤੇ ਅਕਾਲ ਤਖਤ ਤੇ ਮੋਬਾਈਲ ਫੋਨ ਫੋਨ 'ਤੇ ਗੱਲ ਹੋਈ ਇੱਕ ਵੀਰ ਜੀ ਨੇ ਬੈਠੇ ਦੇ ਸਾਹਮਣੇ ਗੱਲ ਕੀਤੀ ਕਿ ਇੱਥੇ ਇੱਕ ਬੜਾ ਵੱਡਾ ਵਾਦ ਵਿਵਾਦ ਚੱਲਦਾ ਹੈ ਇਸ ਇਲਾਕੇ 'ਚ ਉਹ ਇਹ ਇਸ ਢਾਡੀ ਜਥੇ ਦੀ ਲਿਖੀ ਅਤੇ ਇਸ ਢਾਡੀ ਜਥੇ ਦੀ ਗਾਈ ਇਹ 1985 ਵਿੱਚ ਪਹਿਲੀ ਵਾਰ ਅਸਾਂ ਇਹ ਚੀਜ਼ ਗਾਈ ਸੀ ਅਤੇ ਗਾਈ ਵੀ ਖੇਮ ਕਰਨ ਦੀ ਸਟੇਜ ਉੱਤੇ ਪਹਿਲੀ ਵਾਰ ਖੇਮ ਕਰਨ ਕਿਉਂਕਿ ਸੰਤ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦਾ ਪਿੰਡ ਹੈ ਪੁਰਾਣੇ ਭੂਰੇ ਉਹਦੇ ਨਾਲ ਇੱਕ ਪਿੰਡ ਹੈ ਉਹਨੂੰ ਕਹਿੰਦੇ ਨਵੇਂ ਭੂਰੇ ਹੁਣ ਮੈਂ ਤੁਹਾਨੂੰ ਇੱਕ ਦਾਸਤਾਨ ਦੱਸਦਾ ਭੂਰਾ ਕਰੀਮ ਵੀ ਉਸ ਪਿੰਡ ਦਾ ਨਾਂ ਹੈ ਉਸ ਪਿੰਡ ਦੀ ਬੀਬੀ ਹੈ ਉਹਦਾ ਨਾਂ ਬੀਬੀ ਬਲਵੀਰ ਕੌਰ ਹੈ ਉਹਦੇ ਘਰ ਵਾਲੇ ਦਾ ਨਾਂ ਹੈ ਸੁੱਚਾ ਸਿੰਘ ਗੁਰੂ ਅਰਜਨ ਦੇਵ ਪੰਚਮ ਪਾਤਸ਼ਾਹ ਸਤਿਗੁਰੂ ਜੀ ਦਾ ਸ਼ਹੀਦੀ ਜੋੜ ਮੇਲਾ ਸੀ ਸਿੱਖ ਸੰਗਤਾਂ ਜੋੜ ਮੇਲੇ ਉੱਤੇ ਜੁੜੀਆਂ ਇਹ ਦਿਨ ਸਰਕਾਰ ਨੇ ਵੇਖਿਆ ਇਹ ਬਹੁਤ ਵੱਡਾ ਇਕੱਠ ਹੈ ਮਾਰਦੇ ਹੋ ਲੋਕਾਂ ਨੂੰ ਸੰਤਾਂ ਦੇ ਹਮਾਇਤੀ ਸਾਰੇ ਆਏ ਹੈ ਭੁੰਨਦੇ ਹੋ ਗੋਲੀਆਂ ਨਾਲ ਟੈਂਕਾਂ ਦੇ ਫੈਰਾਂ ਨਾਲ ਉਹ ਬੀਬੀ ਕਹਿੰਦੀ ਜਿਹੜੇ ਪਾਸੇ ਟੈਂਕੀ ਹੈ ਨਾ ਪਾਣੀ ਦੀ ਅੱਜ ਵੀ ਹੈ ਕੱਲ੍ਹ ਪਰਸੋਂ ਅਖਬਾਰ 'ਚ ਖਬਰ ਆਈ ਹੁਣ ਉਹਨੂੰ ਢਾਹ ਦੇਣਾ ਹੈ ਜਿਹੜੇ ਟੈਲੀਵਿਜ਼ਨ ਵਾਲੇ ਤੁਸੀਂ ਘਰਾਂ ਵਿੱਚ ਵੇਖਦੇ ਸਵੇਰੇ ਆਸਾ ਦੀ ਵਾਰ ਅਤੇ ਸ਼ਾਮ ਨੂੰ ਕੀਰਤਨ ਸੁਣਦੇ ਹੋ ਰਹਿਰਾਜ ਸਾਹਿਬ ਜੀ ਦਾ ਪਾਠ ਸੁਣਦੇ ਹੋ ਆਰਤੀ ਆਰਤਾ ਵੀ ਸੁਣਦੇ ਹੋ ਕਹਿੰਦੇ ਉਹ ਟੈਂਕੀ ਬਿਊਟੀ ਵਿੱਚ ਥੋੜ੍ਹਾ ਜਿਹਾ ਫਰਕ ਪਾਉਂਦੀ ਹੈ ਉਹ ਛੋ ਨਹੀਂ ਬਣਦੀ ਉਹ ਪਾਣੀ ਵਾਲੀ ਟੈਂਕੀ ਹੁਣ ਢਾਉਣ ਲੱਗੇ ਹੈ ਕਿ ਦੋ ਬੁਰਜਾਂ ਦੇ ਸੈਂਟਰ ਵਿੱਚ ਉਸ ਟੈਂਕੀ ਦੀ ਫੋਟੋ ਆਉਂਦੀ ਹੈ ਉਹ ਮੌਜੂਦ ਹੈ ਜੀ ਇਸ ਪਾਸੇ ਗੁਰੂ ਰਾਮਦਾਸ ਸਰਾਂ ਵਿੱਚ ਅੰਦਰ ਪਾਣੀ ਦਾ ਪੋੜਾ ਹੁੰਦਾ ਸੀ ਨਲਕੇ ਹੁੰਦੇ ਸੀ ਲੱਗੇ ਹੁੰਦੇ ਹੁਣ ਢਾਹ ਦਿੱਤੇ ਉੱਥੇ ਉਹ ਨਿਸ਼ਾਨੀਆਂ ਹੀ ਹੈ ਨਾ ਨਿਸ਼ਾਨੀ ਅਜੇ ਵੀ ਸਰਾਂ ਦੇ ਵਿਚਾਲੇ ਤੁਸਾਂ ਵੇਖਿਆ ਜਾ ਕੇ ਇਸ਼ਨਾਨ ਕਰਦੇ ਰਹੇ ਹੋ ਬੀਬੀ ਬਲਵੀਰ ਕੌਰ ਉਹ ਖੁਦ ਦੱਸਦੀ ਹੈ ਹੁਣ ਉਹ ਬਜ਼ੁਰਗ ਹੋ ਚੁੱਕੀ ਹੈ ਉਹਦੇ ਘਰ ਦਾ ਇਸ ਵੇਲੇ ਸੱਚਖੰਡ ਚਲਾ ਗਿਆ ਉਹ ਕਹਿੰਦੀ ਸਾਨੂੰ ਮਹਾਰਾਜ ਨੇ ਇੱਕ ਪੁੱਤਰ ਦਿੱਤਾ ਅਤੇ ਉਸ ਬੱਚੇ ਦੀ ਅਰਦਾਸ ਕਰਾਉਣੀ ਸੀ ਮਹਾਂਪੁਰਖਾਂ ਕੋਲੋਂ ਅਸੀਂ ਚਲੇ ਗਏ ਸਾਨੂੰ ਗੁਰੂ ਰਾਮਦਾਸ ਸਰਾਂ ਵਿੱਚ ਪਾਣੀ ਵਾਲੀ ਟੈਂਕੀ ਵਾਲੇ ਪਾਸੇ ਕਮਰਾ ਮਿਲਿਆ ਉਸ ਕਮਰੇ ਵਿੱਚ ਮੈਂ ਅਤੇ ਮੇਰਾ ਪਤੀ ਸਾਡੇ ਪਿੰਡ ਦੇ ਦੋ ਸਿੰਘ ਹੋਰ ਅਤੇ ਹੋਰ ਮੁਸਾਫਰ ਵੀ ਆ ਗਏ 6 ਸਿੰਘ ਨੇ ਅਤੇ 8-9 ਬੀਬੀਆਂ ਨੇ ਸਾਰੇ ਇੱਥੇ ਆ ਗਏ ਕਿ ਉੱਧਰ ਗੋਲੀ ਚੱਲਦੀ ਹੈ
इधर कुछ बचा है क्योंकि जेड़े आए यात्रू सन उन्होंने लड़ाई थोड़ा लड़नी सी ना वो लड़ाई लड़न वास्ते आए थे वो तो गुरु महाराज के चरणों में मत्था टेकन आए तो असी भी आए सतगुरु महाराज जी के चरणों में मत्था टेकन वास्ते अपने पुत्र की लंबी उम्र की अरदास जाचना बेनती करने वास्ते। खैर वो बीबी कहती है कमरे में होर सिंह आ गए आ दिन है 5 जून का दिन है वो कहती हुमस बड़ा है बड़ी गर्मी है जिस तरह अज है बहुत सारी गर्मी है। बीबी कहती मेरा पुत्र सहक रहा है जान लबा ते आ गई एक सिंह भजा आया उसकी लत्त विच गोली वजी सी उन्हें दरवाजा खड़काया मेरे पति ने दरवाजा खोलिया वो अंदर आ गया कहिंदा दरवाजा बंद कर दिओ। उस सिंह की हालत बड़ी तरसयोग सी मेरा पुत्र उस सिंह की हालत वेख के बर्दाश्त ना कर सकिया बच्चा रोन लग पिया ते रोंदिया रोंदिया बच्चे ने पानी मंगिया भाव के पानी प्यास उहदा मूँह सुक गया उहदे बुल सुकदे सन ते मैं अपने पति नूं आख्या पानी लैके आओ। उस सिंह ने आख्या थले ना जायो थले फौज आ गई है घेर लिया चार चफेरे हुण फौज हरिमंदर साहिब नूं जा रही है पर मेरे कोलों मेरे पत्ते मेरे बच्चे का मेरे पुत का यह दुख झल्लिया ना गया। मैं अपने पति नूं कुछ खरवे लफ्जा विच आख्या मेरी गोद विच तेरियां अखां सामने आ अपना अखां दा तारा जे खत्म हो गया तो इहदा दुख झल लवांगे जा पानी लैके आ जाके। उह सिंह हिम्मत करके उठिया दरवाजा खोलिया आया सरां विच पानी बंद सी बिजली पानी पहले ही बंद किया गया सी पानी बंद सी। मैं चार चफेरे वेखिया उन्हां नलकियां विच फौज वाले इत्थों जा चुके सन क्योंकि अंदर जे मैं जदों अंदर गया 5-6 सिंघां दीआं लाशां पईआं सी कुछ सिंह सहक रहे सन वह भी पानी पीण वास्ते इत्थे भज के आए सी यात्रू पर उन्हां नूं गोलियां मार के मार दिता गया। कहिंदा मेरे कोलों बर्दाश्त ना होया मैं अंदरों वेखदा वेखदा बाहर आ गया वह छोटी जी खाली बाहर है नाली अंदरों आउंदी सी उहदे विच इकट्ठा होया मैनूं इउं महसूस होया कि पानी है। मैं पानी वेखण बदले थोड़े जे हथ वधाए जदों बुक भर के उपर चुकिया पानी नहीं सी जिहड़े सिंह अंदर पए सन उहनां दा खून वगदा होया इत्थे आण के इकट्ठा होया सी। मेरी हिम्मत ना पई कि मैं पानी दे बुक नूं अपने हत्थां विचों थले सुट दियां मैं उही लै के भज के हिम्मत करके आ गया पौड़ियां चढ़िया उपर बरांडे विच आया आण के अपने पुत्तर दे मूँह विच मैं उह पानी दा नहीं बल्कि मनुखी खून का चुला पाया पर मेरे बच्चे ने दो सुवास लए बच्चा इस दुनिया नूं छड़ के अगली दुनिया च जा वसे। एक कहानी नवे भूरे पिंड संत करतार सिंह खालसा भिंडरां वालिया दे जन्म स्थान दो पिंड ने पुराने भूरे उन्हां दा जन्म स्थान है यह नवे भूरे पिंड की गल है हुण उह बजुर्ग हो चुकी है बीबी। खैर उस बीबी ने दस्सिया अजिहियां होर भी बहुत सारिया घटनावां ने जे कली कली नूं बयान करिए विस्तार सहित बड़ा समा लगेगा। 7 जून नूं ऐलान हो गया अज दे दिन 7 जून अज तो ठीक 27 साल पहला 7 जून नूं ऐलान होया आओ हरिमंदर साहब वेखो हरिमंदर साहब नूं कोई गोली नहीं लगी। कोठा साहब अकाल तख्त साहब के अंदर है जिथे गुरु महाराज जी का सुखासन हुंदा है रोजाना शाम नूं लेके जांदे सवारा साहब उन्हूं कोई गोली नहीं लगी वह सही सलामत है। एक बीबी करफ्यू दौरान अपने घर विच है ते जदों ऐलान होया वह अपनी मां नूं उठाउंदी है ते की कहिंदी है 1985 विच एक कविता दास ने ते मेरे शागिर्द है भाई गुरनाम सिंह कलसियां वाले कविशर असां दोवां ने रल के एक थां बह के लिखी सी 1985 पहली बार एक कविता खेम करन दी स्टेज उते इस ढाडी जथे ने गाई। एक गल याद रखो इस ढाडी जथे नूं बड़ी बार थाणियां च कुट भी पई इन्हां कवितावां नूं गाउण ते बड़ी बार बेइज्जती होई पुलिस ने मनमानियां कीतियां पर मैनूं वीरां ने दस्सिया इत्थे कोई वीर है आ पिछले 3-4 सालां तो वह कहिंदा मेरी लिखी हुई है। खैर उहदे विच होर भी अगे उन्हें मन घड़त कहानी बना के
जनरल वैद्या होर भी लंबी कहानी बनाई है ओदे नाल, पर ए कविता जिथों तक असां लिखी ते गाई है 1985 विच पहली बार गाई गई सी। वलटोए दा ढाडी जत्था बिने करदा है। खैर मैं पूछा उस वीर की उम्र किन्नी कु है, कहिंदे है 34 कु साल दी। 34 साल की उम्र सी उदों, अज दे युग विच उदों किन्ना होवेगा, 84 विच वाकया होया, 27 साल बीत गए ने, 3 ते 4 7 साल का होगा, जिन्हों 7 साल इस गल का पता ही नहीं कि हरिमंदर साहब की होया, की बीतिया है, की वापरिया है, ये कुछ वो दसे कि जो कुछ असी दसांगे। क्योंकि दास ने, मैं कहना नहीं चाहता, पर प्रबंधक साहबाना ने मैनू हुक्म किया है मैं अपने बारे दसा। मैं 1965 विच पहली बार ढाडी बनया, गिनती ला लियो हिसाब करके। 1971 विच खास करके ढाडी जथा नाल लैके दास लैक्चर की ड्यूटी निभाउण लगा 1971 विच। 1972 तो लैके 1977 तक संत करतार सिंह खालसा भिंडरां वालियां दे नाल जथे बतौरे अपने ढाडी जथे सेवा करता रहा। संत सचखंड चले गए 1977 विच, वाकया होया 1978 विच निरंकारी कांड होया, ओ गोली कांड होया अमृतसर, याद रखो। खैर उदों भी दास अमृतसर से, संतां दे भराता सूबेदार जोगिंदर सिंह ढाडी जथे नूं मेरे नाल आ साथी सन लै गए फौज विच, असीं फौज विच चले गए 1978 दी गल है, ते सिंह चले गए निरंकारियां नूं रोकण वास्ते, रेलवे कलोनी भाणा वापरिया। उन्हां विचों संत करतार सिंह खालसा भिंडरां वालियां दे सके चाचे दे पुत भरा बापू अरनाम सिंह, गुरमुख सिंह गड़वई, जो संतां दा भी सी और संत जरनैल सिंह जी दा भी सी, उन्हां दे पिता जी आ पिछले कुछ साल होए आ सचखंड चले गए, भिखी विंडिया करके प्रसिद्ध आ, उत्थे सहुरे सी उन्हां दे, उन्हां नूं 70 फट लगे सी, 70 फट तलवारां दे ते डांगां दे, उदों जवानी विच सी 1978 दी गल है। संत जरनैल सिंह खालसा उन्हां बापू हरनाम सिंह जी का बड़ा ही सत्कार करते होंगे सन, महापुरखों के नाल रहे। यह ढाडी जथा कदे टकसाल का ढाडी जथा अखवाता रहा। उस तो बाद सचखंड वासी मेरे वड्डे भाई साहब ज्ञानी जगीर सिंह मस्त आए, कवीशर जगीर सिंह मस्त, ढाडी गुरमुख सिंह वलटोआ, ये दोवें ही जथे संतां दे नाल रह के 1984 तक बतौरे इन्हां जथियां ने सेवा की। उस तो बाद बहुत कुछ वापर गया, जिस दिन हरिमंदर साहब ये कांड वापरिया, दास पूरनपुर के नेड़े महापुरखा हरबंस सिंह के डेरे हेरां वालियां दे अपने ढाडी जथे समेत यूपी विच सी, बाद विच दिल्ली आ गए, 1 महीना उत्थे रहे, खैर भाणा वापरिया, ये कुछ अपनियां अखां नाल भी वेख्या, उन्हां सिंघां कोलों भी सुनिया जेड़े उस वेले उस वाकियात विच इस संघर्ष विच उस वेले मौजूद सन, जेड़े बाद विच बच के आए। खैर आओ सुनिए ओए कविता वलटोए दा ढाडी जथा बिने कर लगा, जिस कविता बारे वीरां ने कहा सी ये दास दी लिखी हुई है, ते मेरे शिगिरद ने इहदे नाल तरतीब दिती है। सुनिए वलटोए दा ढाडी जथा बिने करदा ओ बीबी, 7 जून वाले दिन जदों ऐलान होया शहर विच आओ हरिमंदर साहब दर्शन करन वास्ते, हुण घर विच करफ्यू लगा सी, मावां धीआं परिवार घर विच है, बाहर नहीं सी निकलदे, मां सुती है, सुती नूं जगा के वह बच्ची अपनी मां नूं कहिंदी है, सुनिए की कह रही है, उस वेले दा नक्शा है। इहदे विच इह जिहड़ी मैं कहानी बीबी बलवीर कौर दी तुहानूं दसी है सरदार सुच्चा सिंह दी, इह कहानी तरतीब वार इस गीत विच फिट कीती होई है। वलटोए दा ढाडी जथा इउं कह रहा है, कोई दूर दी गल नहीं देश अंदर, कदी असी भी हुंदे सां शान वाले, असी पंजां दरियावां दे बादशाह सां,
सानू न्योंदे सन कई गुमान वाले साडे खालसी चमक दी तेग अगे पानी भरदे सन ओ निशान वाले पानी भरदे सन ओ निशान वाले उठ वेख निमाए सुतिए अमृत सारी उड़दी तूड़नी आज रहा गलियां रोंदिया रिहा न कोई दस तूरनी उठ वेख निमाए सुतिए ना दसन वाली गल नी नाची बेरी वेख के मेरे पैन कलेजे सालनी ओ सोनी डोरी दर्शनी कर दित्ती ए चकना चूरनी उठ वेख निमाए सुतिए गुरु ग्रंथ जलानी ग्रंथी बैठा तपिया हो गया शहीदी पानी मैनू सुपने आउंदे चंद्रे दिल तपदा वांग तंदूरनी उठ वेख निमाए सुतिए तख्त अकाल उड़ानी बच्चा बच्चा सिखदा रिया गीत गमा दे गानी हर थाम जैला तोड़िया कर दिता चकना चूरनी उठ वेख निमाए सुतिए सर चों मिलदी जिंदगी उस सर विच लाशां तरदियां पर कर्मां दी गोद विच बेदोशियां जाना मरदियां मार मार कलाइयां ढेरियां ओ नादा की कसूर नी
ਉੱਠ ਵੇਖ ਨਿਮਾਏ ਸੁੱਤੀਏ ਸੁਖਣਾ ਪੁੱਤ ਦੀ ਲਾਉਣੀ ਉਹ ਘੇਰੇ ਦੇ ਵਿੱਚ ਆ ਗਿਆ ਪਰ ਦਿਲ ਦੇ ਵਿੱਚ ਪਛਤਾਉਣੀ ਪੁੱਤ ਪਾਣੀ ਬਾਜੋਂ ਮਰ ਗਿਆ ਜੋ ਆਇਆ ਚੱਲ ਹਜ਼ੂਰ ਨੀ ਉੱਠ ਵੇਖ ਨਿਮਾਏ ਸੁੱਤੀਏ ਉੱਠ ਵੇਖ ਨਿਮਾਏ ਸੁੱਤੀਏ ਮੇਰੇ ਕੋਲ ਨਿਯਤ ਸਮੇਂ ਵਿੱਚੋਂ 5 ਕੁ ਮਿੰਟ ਬਾਕੀ ਨੇ ਅਤੇ ਮੈਨੂੰ ਹੁਕਮ ਹੋਇਆ ਇਹ ਹਰਿਮੰਦਰ ਸਾਹਿਬ 'ਤੇ ਹਮਲਾ ਕਰਵਾਉਣ ਵਾਲੀ ਬੀਬੀ ਦਾ ਵੀ ਭੋਗ ਪਾ ਦਿਓ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਵਾਹਿਗੁਰੂ ਇਹ ਗੱਲ 1984 ਦੀ ਹੈ ਬੀਬੀ ਫੌਜ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਆਹ ਜੰਮੂ ਕਸ਼ਮੀਰ ਗਈ ਕਸ਼ਮੀਰ ਦੌਰਾ ਕੀਤਾ ਅਤੇ ਕਸ਼ਮੀਰ ਦੀ ਰਾਜਸੀ ਹਾਲਤ ਵਿੱਚ ਤਬਦੀਲੀ ਆ ਗਈ ਸ਼ੇਖ ਅਬਦੁੱਲਾ ਦਾ ਪੁੱਤਰ ਸੀ ਫਰੂਖ ਅਬਦੁੱਲਾ ਹੁਣ ਉਹਦਾ ਪੋਤਰਾ ਮੁੱਖ ਮੰਤਰੀ ਹੈ ਫਰੂਖ ਅਬਦੁੱਲਾ ਦਾ ਭਣਵਈਆ ਅਤੇ ਸ਼ੇਖ ਅਬਦੁੱਲਾ ਦਾ ਜਵਾਈ ਆ ਗੁਲਾਮ ਮੁਹੰਮਦ ਉਹ ਬੀਬੀ ਦਾ ਹਮਾਇਤੀ ਸੀ ਫਰੂਖ ਅਬਦੁੱਲਾ ਸ਼ੇਖ ਅਬਦੁੱਲਾ ਇਹ ਬੀਬੀ ਦੇ ਵਿਰੋਧੀ ਸਨ ਗੁਲਾਮ ਮੁਹੰਮਦ ਨੂੰ ਮੁੱਖ ਮੰਤਰੀ ਬਣਾਇਆ ਗਿਆ ਇਹ ਗੱਲ ਕਸ਼ਮੀਰ ਦੇ ਇਲਾਕੇ ਦੀ ਹੈ ਫੌਜ ਦੀ ਹੌਸਲਾ ਅਫਜ਼ਾਈ ਕਰ ਰਹੀ ਬੀਬੀ ਬੈਠੀ ਸਟੇਜ ਉੱਤੇ ਫਰੂਖ ਅਬਦੁੱਲਾ ਦਾ ਭਣਵਈਆ ਗੁਲਾਮ ਮੁਹੰਮਦ ਮੁੱਖ ਮੰਤਰੀ ਜੰਮੂ ਕਸ਼ਮੀਰ ਉਹ ਬੀਬੀ ਦੇ ਬਿਲਕੁਲ ਨਾਲ ਬੈਠਾ ਹੈ ਉਹਦੇ ਪਿੱਛੇ ਸਰਦਾਰ ਸਾਹਿਬ ਸਰਦਾਰ ਬੇਅੰਤ ਸਿੰਘ ਖਲੋਤੇ ਹੈ ਬੀਬੀ ਦੇ ਖਾਸ ਤੌਰ 'ਤੇ ਸਿਕਿਉਰਿਟੀ ਬਾਡੀਗਾਰਡ ਗੁਲਾਮ ਮੁਹੰਮਦ ਨੇ ਆਖਿਆ ਮੈਡਮ ਫਰੂਖ ਅਬਦੁੱਲਾ ਮੇਰੇ ਖਿਲਾਫ਼ ਬੜੀਆਂ ਕਾਰਵਾਈਆਂ ਕਰਦਾ ਹੈ ਮੇਰੀ ਕੁਰਸੀ ਨੂੰ ਖਤਰਾ ਪੈਦਾ ਹੋ ਸਕਦਾ ਹੈ ਉਹਨੂੰ ਸਮਝਾ ਦਿਓ ਥੋੜ੍ਹਾ ਜਿਹਾ ਅਤੇ ਬੀਬੀ ਨੇ ਗੁਲਾਮ ਮੁਹੰਮਦ ਨੂੰ ਇੱਕ ਗੱਲ ਆਖੀ ਕਹਿੰਦੀ ਗੁਲਾਮ ਮੁਹੰਮਦ ਫਰੂਖ ਅਬਦੁੱਲਾ ਨੂੰ ਕਹਿ ਦਿਓ ਆ ਜੋ ਸਿੱਖਾਂ ਨਾਲ ਹੋਇਆ ਹਰਿਮੰਦਰ ਸਾਹਿਬ ਉਹਦੇ ਤੋਂ ਸਬਕ ਸਿੱਖ ਲਵੇ ਇਹ ਗੱਲ ਬੇਅੰਤ ਸਿੰਘ ਦੇ ਕੰਨਾਂ ਵਿੱਚ ਆਵਾਜ਼ ਪਈ ਪਹਿਲਾਂ ਤੋਂ ਵਫ਼ਾਦਾਰ ਸੀ ਬੀਬੀ ਦਾ ਨਾਲ ਰਹਿੰਦਾ ਸੀ ਪਰਛਾਵੇਂ ਵਾਂਗੂ ਜਿੱਥੇ ਚੱਲੇਗਾ ਚੱਲੂਗੀ ਨਾਲ ਤੇਰੇ ਟਿਕਟਾਂ 2 ਲੈਣੀ ਇਸ ਗੱਲ ਦਾ ਉਹ ਬੜਾ ਪੱਕਾ ਸੀ ਹਰ ਵੇਲੇ ਨਾਲ ਰਹਿੰਦਾ ਪਰ ਇੱਕ ਗੱਲ ਯਾਦ ਰੱਖੋ ਇਹ ਗੱਲ ਸੁਣ ਕੇ ਸਰਦਾਰ ਬੇਅੰਤ ਸਿੰਘ ਨੇ ਆਪਣੇ ਦਿਲ ਅੰਦਰ ਵਿਚਾਰ ਕੀਤੀ ਕਿ ਹਰਿਮੰਦਰ ਸਾਹਿਬ ਉੱਤੇ ਜਿਹੜਾ ਹਮਲਾ ਹੋਇਆ ਉਹ ਸਿੱਖਾਂ ਨੂੰ ਸਬਕ ਸਿਖਾਇਆ ਗਿਆ ਇਹ ਗੱਲ ਸਰਦਾਰ ਖੁਸ਼ਵੰਤ ਸਿੰਘ ਲਿਖਦੇ ਜਿਹੜੀ ਮੈਂ ਕਰਨ ਲੱਗਾ ਮੈਂ ਆਪਣੇ ਕੋਲੋਂ ਨਹੀਂ ਕਰਨ ਲੱਗਾ ਖੁਸ਼ਵੰਤ ਸਿੰਘ ਬਲੂ ਸਟਾਰ ਐਕਸ਼ਨ ਬੇਸ਼ੱਕ ਉਹ ਸੰਤ ਜਰਨੈਲ ਸਿੰਘ ਦੇ ਖਿਲਾਫ ਲਿਖਦਾ ਅਕਲਦਈ ਬਰਾੜ ਵੀ ਸੰਤਾਂ ਦੇ ਖਿਲਾਫ ਲਿਖਦਾ ਬਹੁਤ ਭੱਦੀ ਸ਼ਬਦਾਵਲੀ ਵਰਤਦਾ ਸੰਤਾਂ ਦੇ ਖਿਲਾਫ ਵਿਰੋਧੀ ਹੈ ਨਾ ਪਰ ਵਿਰੋਧੀ ਹਮੇਸ਼ਾ ਹੀ ਗੱਲ ਉਹ ਕਰੇਗਾ ਜਿਹੜੀ ਸੱਚੀ ਹੋਵੇਗੀ ਉਹਦੇ ਵਿੱਚੋਂ ਵੀ ਸੰਤਾਂ ਦੀ ਬਹਾਦਰੀ ਔਰ ਸੰਤਾਂ ਦੀ ਪ੍ਰਭਤਾ ਝਲਕਦੀ ਹੈ ਖੁਸ਼ਵੰਤ ਸਿੰਘ ਕਹਿੰਦਾ ਹੈ ਬੇਅੰਤ ਸਿੰਘ ਨੇ ਸਤਵੰਤ ਸਿੰਘ ਨੂੰ ਸੱਦਿਆ ਉਹ ਸਿਪਾਹੀ ਹੈ ਉਹ ਪਿੰਡ ਅਗਵਾਨ ਗੁਰਦਾਸਪੁਰ ਜ਼ਿਲ੍ਹੇ 'ਚ ਇਹ ਬਾਪੂ ਤਰਲੋਕ ਸਿੰਘ ਦਾ ਪੁੱਤਰ ਹੈ ਮਾਤਾ ਪਿਆਰ ਕੌਰ ਦੀ ਕੁੱਖੋਂ ਪੈਦਾ ਹੋਇਆ ਅਤੇ ਆਹ ਪਿੰਡ ਮਲੋਇਆ ਚੰਡੀਗੜ੍ਹ ਦੇ ਨੇੜੇ ਸਰਦਾਰ ਸੁੱਚਾ ਸਿੰਘ ਦਾ ਪੁੱਤਰ ਹੈ ਸਰਦਾਰ ਬੇਅੰਤ ਸਿੰਘ ਇਹ ਉਸ ਵੇਲੇ ਇੰਸਪੈਕਟਰ ਹੈ ਅਤੇ ਸਤਵੰਤ ਸਿੰਘ ਸਿਪਾਹੀ ਹੈ ਸਤਵੰਤ ਸਿੰਘ ਬੇਅੰਤ ਸਿੰਘ ਦੀ ਕਮਾਨ ਥੱਲੇ ਸੀ ਅਤੇ ਬੇਅੰਤ ਸਿੰਘ ਨੇ ਸੱਦ ਕੇ ਆਖਿਆ ਸਤਵੰਤ ਸਿੰਘ ਮੈਂ ਤੈਨੂੰ ਛੁੱਟੀ ਦਿੰਦਾ 4 ਕੁ ਦਿਨ ਦੀ 4 ਹਰਿਮੰਦਰ ਸਾਹਿਬ ਵੇਖ ਕੇ ਆ ਸਤਵੰਤ ਸਿੰਘ ਨੂੰ ਛੁੱਟੀ ਮਿਲ ਗਈ ਉਹ ਜਾ ਕੇ ਆਇਆ ਹਰਿਮੰਦਰ ਸਾਹਿਬ ਵੇਖਿਆ ਉਹਨੇ ਜਾ ਕੇ ਸੱਚੀ ਗੱਲ ਦੱਸੀ ਸਰਦਾਰ ਬੇਅੰਤ ਸਿੰਘ ਉਹਨਾਂ ਦਿਨਾਂ ਵਿੱਚ 24 ਅਕਤੂਬਰ 1984 ਨੂੰ ਦੀਵਾਲੀ ਆ ਗਈ ਦੀਵਾਲੀ ਦਾ ਦਿਨ ਬੀਬੀ ਨੇ ਇੱਕ ਸੇਰ ਦੇਸੀ ਘਿਓ ਦੀ ਕੱਢੀ ਮਠਿਆਈ
ਉਹ ਡੂਨੇ ਵਿੱਚ ਪਾਈ ਤੇ 100 ਦਾ ਨੋਟ ਆਪਣੇ ਨਿੱਜੀ ਸਟਾਫ ਨੂੰ ਦੇਣ ਵਾਸਤੇ ਬੁਲਾਇਆ ਤੇ ਬਿਆਨ ਸਿੰਘ ਸਤਵੰਤ ਸਿੰਘ ਵੀ ਉਹਦੇ ਵਿੱਚ ਨੇ ਤੇ ਬਿਆਨ ਸਿੰਘ ਨੂੰ ਦੱਸਿਆ ਸਤਵੰਤ ਸਿੰਘ ਨੇ ਜੋ ਕੁਝ ਹੋਇਆ ਇਹ ਬੀਬੀ ਨੇ ਮਨ ਮਰਜ਼ੀ ਨਾਲ ਕੀਤਾ ਉੱਥੇ ਬਹੁਤ ਕੁਝ ਹੋਇਆ ਜੋ ਕੁਝ ਦੱਸਿਆ ਉਹ ਬੜੀ ਲੰਬੀ ਦਾਸਤਾਂ ਦੁੱਖ ਹੋਇਆ ਇਸ ਗੱਲ ਦਾ ਕਿ ਸਿੱਖਾਂ ਨੂੰ ਸਬਕ ਸਿਖਾਇਆ ਬਿਆਨ ਸਿੰਘ ਨੂੰ ਇੱਕ ਡੂਨਾ ਇੱਕ ਸ਼ੇਰ ਇੱਕ ਕਿਲੋ ਮਠਿਆਈ ਉੱਤੇ 100 ਦਾ ਨੋਟ ਉਹਦੇ ਹੱਥਾਂ ਉੱਤੇ ਰੱਖਿਆ ਮਗਰ ਸਤਵੰਤ ਸਿੰਘ ਸੀ ਉਹਦੇ ਹੱਥਾਂ ਉੱਤੇ ਵੀ ਰੱਖਿਆ ਸਤਵੰਤ ਸਿੰਘ ਨੇ ਕੁਣੀ ਮਾਰ ਕੇ ਆਖਿਆ ਵੀਰ ਜੀ ਇਹ ਕੌਮ ਦੀਆਂ ਹੱਡੀਆਂ ਤੇ ਕੌਮ ਦੇ ਖੂਨ ਦਾ ਮੁੱਲ ਆਪਾਂ ਨੂੰ ਦਿੱਤਾ ਗਿਆ 100 ਰੁਪਈਆ ਇੱਕ ਸ਼ੇਰ ਮਠਿਆਈ ਆ ਇੱਕ ਕਿਲੋ ਮਠਿਆਈ ਅੱਗੇ ਵੱਧ ਗਏ ਉਹਨਾਂ ਨੇ ਨਾ ਤੇ 100 ਦਾ ਨੋਟ ਆਪਣੀ ਜੇਬ 'ਚ ਪਾਇਆ ਅਤੇ ਨਾ ਮਠਿਆਈ ਖਾਧੀ ਲੈ ਕੇ ਭਰੇ ਪੀਤੇ ਹੁਣ ਆ ਗਏ ਸਮੇਂ ਦੀ ਨਜ਼ਾਕਤ ਵੇਖਣ ਵਾਸਤੇ ਖੁਸ਼ਵੰਤ ਸਿੰਘ ਲਿਖਦਾ 31 ਅਕਤੂਬਰ ਹੈ ਆ ਗਿਆ ਫਿਲਮ ਸਟਾਰ ਰਸ਼ੀਆ ਤੋਂ ਇਹਦਾ ਨਾਂ ਹੈ ਪੀਟਰ ਉਸਤੀਨੋਵ ਉਹ ਫਿਲਮ ਬਣਾ ਰਿਹਾ ਵਰਲਡ ਵਿੱਚ ਦੁਨੀਆ ਵਿੱਚ ਹਰ ਦੇਸ਼ ਦੇ ਪ੍ਰਾਈਮ ਮਿਨਿਸਟਰ ਹਰ ਦੇਸ਼ ਦੇ ਰਾਸ਼ਟਰਪਤੀ ਇਹਨਾਂ ਦੋ ਬੰਦਿਆਂ ਨਾਲ ਮੁਲਾਕਾਤ ਕਰਦਾ ਹੈ ਅਤੇ ਫਿਲਮ ਦਾ ਨਾਂ ਹੈ ਉਸਤੀਨੋਵ ਦੇ ਲੋਕ ਇਹ ਉਹਦਾ ਫਿਲਮ ਦਾ ਨਾਂ ਹੈ ਅਤੇ ਆ ਗਿਆ ਬੀਬੀ 31 ਅਕਤੂਬਰ ਵਾਲੇ ਦਿਨ ਫਿਲਮ ਦੀ ਸ਼ੂਟਿੰਗ ਹੋਣੀ ਸੀ ਉਹ ਆ ਗਿਆ ਦਫ਼ਤਰ ਵਿੱਚ ਸਵੇਰ ਦਾ ਵੇਲਾ ਸੀ ਖੁਸ਼ਵੰਤ ਸਿੰਘ ਪੰਜਾਬ ਦਾ ਦੁਖਾਂਤ ਨਾਂ ਦਾ ਕਿਤਾਬ ਹੈ ਕਿਤਾਬ ਉਹਨੇ ਛਾਪੀ ਹੈ ਪੰਜਾਬ ਦਾ ਦੁਖਾਂਤ ਉਹਦੇ 84 ਨੰਬਰ ਕਵਰ ਪੇਜ ਪੜ੍ਹੋ ਸਫ਼ਾ ਪੜ੍ਹ ਲਓ ਉਹਦਾ 84 ਨੰਬਰ ਉੱਤੇ ਲਿਖਦਾ ਖੁਸ਼ਵੰਤ ਸਿੰਘ ਅੰਮ੍ਰਿਤ ਵੇਲਾ ਹੈ ਸਵੇਰ ਦਾ ਵੇਲਾ ਹੈ ਬੀਬੀ ਦੀ ਇੱਕ ਨੌਕਰਾਣੀ ਸੀ ਨਿੱਜੀ ਸੇਵਾਦਾਰ ਇਹਦਾ ਨਾਂ ਹੈ ਬਸੰਤੀ ਉਹਨੇ ਉਠਾਇਆ ਮੈਡਮ ਨੂੰ ਮੈਡਮ ਉੱਠੋ ਆ ਗਿਆ ਉਸਤੀਨੋਵ ਲੈ ਕੇ ਦਫ਼ਤਰ ਵਿੱਚ ਫਿਲਮ ਸਟਾਰਾਂ ਦੀ ਟੋਲੀ ਕੈਮਰੇ ਫਿੱਟ ਹੋ ਗਏ ਤੁਸੀਂ ਲੇਟ ਹੋ ਗਏ ਬੀਬੀ ਜੀ ਉੱਠੇ ਛੇਤੀ ਛੇਤੀ ਕਹਿਣ ਲੱਗੇ ਬਸੰਤੀ ਨਾਸ਼ਤਾ ਤਿਆਰ ਕਰ ਮੈਂ ਹੁਣੇ ਵਾਸ਼ਰੂਮ ਗਈ ਹੁਣੇ ਨਹਾ ਕੇ ਆਈ ਬੀਬੀ ਇਸ਼ਨਾਨ ਕੀਤਾ ਹੈ ਬੀਬੀ ਨੇ ਖੁਸ਼ਵੰਤ ਸਿੰਘ ਲਿਖਦਾ ਹੈ ਸੰਤਰੇ ਰੰਗੀ ਸਾੜੀ ਪਹਿਨੀ ਹੈ ਬੀਬੀ ਨੇ ਲਾਲ ਸੂਹੇ ਰੰਗ ਦੀਆਂ ਚੂੜੀਆਂ ਪਹਿਨੀਆਂ ਨੇ ਬੀਬੀ ਨੇ ਮੱਥੇ 'ਤੇ ਲਾਈ ਹੈ ਬਿੰਦੀ ਬਿੰਦੀ ਬੀਬੀ ਨੇ ਲਾਇਆ ਸੁਰਖੀ ਪਾਊਡਰ ਇਹ ਵਿਧਵਾ ਔਰਤਾਂ ਨਹੀਂ ਲਾ ਸਕਦੀਆਂ ਹਿੰਦੁਸਤਾਨ ਦੀ ਸਭਿਅਤਾ ਵਿੱਚ ਇਹ ਤਾਂ ਸੱਜ ਵਿਆਹੀਆਂ ਬੀਬੀਆਂ ਹੀ ਲਾ ਸਕਦੀਆਂ ਮੇਰੀਆਂ ਭੈਣਾਂ ਮੈਨੂੰ ਮੁਆਫ਼ ਕਰਨਗੀਆਂ ਭੈਣੋ ਤੁਹਾਨੂੰ ਨਹੀਂ ਆਖਿਆ ਤੁਸੀਂ ਤਾਂ ਗੁਰੂ ਕੇ ਸਿੰਘ ਹੋ ਅੰਮ੍ਰਿਤਧਾਰੀ ਭੈਣਾਂ ਨੇ ਗਾਤਰੇ ਪਾਏ ਹੈ ਕਲਗੀਆਂ ਵਾਲੇ ਪਾਤਸ਼ਾਹ ਦੀ ਰਹਿਤ ਮਰਿਆਦਾ ਤੁਹਾਡੇ ਕੋਲ ਹੈ ਉਸ ਬੀਬੀ ਦੀ ਗੱਲ ਕਰ ਰਿਹਾ ਕਿਤੇ ਬੀਬੀ ਦੇ ਨਾਂ ਉੱਤੇ ਤੁਸੀਂ ਨਾ ਗੁੱਸਾ ਕਰ ਲਿਓ ਇੱਕ ਵਾਰ ਸਾਰੀ ਸੰਗਤ ਗੱਜ ਕੇ ਆਖੋ ਸਤਨਾਮ ਇਹ ਨਾਸ਼ਤੇ ਟੇਬਲ 'ਤੇ ਆਈ ਖੁਸ਼ਵੰਤ ਸਿੰਘ ਲਿਖਦਾ ਬੀਬੀ ਨੇ ਬਸੰਤੀ ਨੂੰ ਪੁੱਛਿਆ ਬਸੰਤੀ ਵੇਖ ਇਸ ਲਿਬਾਸ ਵਿੱਚ ਮੈਂ ਚੰਗੀ ਲੱਗਦੀ ਸੋਹਣੀ ਲੱਗਦੀ ਫੱਬਦੀ ਹੈ ਹੁਣ ਬਸੰਤੀ ਜੀ ਹਜ਼ੂਰੀਆ ਸੀ ਉਹ ਕੀ ਆਖਿਆ ਕਿ ਮੈਡਮ ਤੂੰ ਇੱਕ ਵਿਧਵਾ ਹੈ ਰੰਡੀ ਹੈ ਇਹੋ ਜਿਹੇ ਸ਼ਾਨੇ ਬਾਨੇ ਤੈਨੂੰ ਚੰਗੇ ਨਹੀਂ ਲੱਗਦੇ ਹਿੰਦੁਸਤਾਨ ਦੀਆਂ ਰੰਡੀਆਂ ਬੀਬੀਆਂ ਇਹੋ ਜਿਹੇ ਸ਼ਾਨੇ ਬਾਨੇ ਨਹੀਂ ਲਾ ਸਕਦੀਆਂ ਹੁਣ ਬਸੰਤੀ ਸੀ ਨੌਕਰਾਣੀ ਉਹ ਕਹਿੰਦੀ ਮੈਡਮ ਜੀ ਹਜ਼ੂਰੀਆ ਸੀ ਮੈਡਮ ਬਹੁਤ ਅੱਛਾ ਬਿਊਟੀਫੁੱਲ ਤੁਸੀਂ ਤਾਂ ਇਉਂ ਲੱਗਦੇ ਹੋ ਜਿਵੇਂ ਅੱਜ ਸੱਜਰੇ ਹੀ ਵਿਆਹੇ ਹੁੰਦੇ ਹੋ ਅਤੇ ਪਤਾ ਨਹੀਂ ਜਿਹੜੇ ਦੋ ਬਾਬੇ ਬਾਹਰ ਖਲੋਤੇ ਨੇ ਦਫ਼ਤਰ ਦੇ ਔਰ ਬੀਬੀ ਦੀ ਕੋਠੀ ਦੇ ਦੌਰਾਨ ਉਹਨਾਂ ਨੇ ਹੁਣੇ ਹੀ ਲਾਵਾਂ ਪੜ੍ਹ ਦੇਣੀਆਂ ਉਹ ਜਮਦੂਤ ਨਾਲ ਵਿਆਹ ਦੇਣੀ ਨਾਸ਼ਤਾ ਕਰਕੇ ਛੇਤੀ ਛੇਤੀ ਲੇਟ ਹੋ ਗਈ ਉਸ ਦਿਨ ਉਹ ਆ ਗਿਆ ਆਪਣੇ ਬੰਦਿਆਂ ਨੂੰ ਨਾਲ ਲੈ ਕੇ ਬੀਬੀ ਨਿਕਲੀ ਬਾਹਰ ਫੋਤੇਦਾਰ ਵਰਗੇ ਅਤੇ ਹੋਰ ਬੀਬੀ ਦੇ ਚਮਚੇ ਖਲੋਤੇ ਸੀ ਉਹਨੇ ਛਤਰੀ ਤਾਣ ਲਈ ਬੀਬੀ ਅੱਗੇ ਵਧੀ ਠੁੰਮਕ ਠੁੰਮਕ ਕਰਦੀ ਮੈਡਮ ਤੁਰੀ ਆਉਂਦੀ ਹੈ ਦਫ਼ਤਰ ਵਾਲੇ ਪਾਸੇ ਰਾਹ ਦੇ ਵਿੱਚ ਦੋਵੇਂ ਖਲੋਤੇ ਸ਼ੇਰ ਬਿਆਨ ਸਿੰਘ ਸਤਵੰਤ ਸਿੰਘ ਅੱਜ ਇਹਨਾਂ ਨੇ ਪੂਰਾ ਮਤਾ ਪਕਾ ਲਿਆ ਕਿ ਉਸ ਉਸਤੀਨੋਵ ਦੀ ਇੰਟਰਵਿਊ ਤੋਂ ਪਹਿਲਾਂ ਬੀਬੀ ਨਾਲ ਇੰਟਰਵਿਊ ਅਸਾਂ ਕਰਨੀ ਹੈ ਅੱਜ ਬੀਬੀ ਨਾਲ ਗੱਲ ਕਰਨੀ ਹੈ ਜਦੋਂ ਅੱਗੇ ਵਧੀ ਹੈ ਬਿਆਨ ਸਿੰਘ ਨੇ ਫਰਜ਼ੀ ਤੌਰ 'ਤੇ ਸਲੂਟ ਮਾਰਿਆ ਮੈਡਮ ਨੇ ਅਦਬ ਨਾਲ ਸਿਰ ਚੁਕਾਇਆ ਨਾਲ ਹੀ ਬਿਆਨ ਸਿੰਘ ਨੇ ਕੱਢ ਕੇ ਰਿਵਾਲਵਰ 6 ਗੋਲੀਆਂ ਬੀਬੀ ਦੀ ਛਾਤੀ ਵਿੱਚ ਮਾਰੀਆਂ ਡਿੱਗਦੀ ਹੈ ਖੂਨਨ ਬਘਿਆਲੀ ਵਾਂਗ ਅੱਖਾਂ ਲਾਲ ਕਰਕੇ ਕਹਿੰਦੀ ਬਿਆਨ ਸਿੰਘ ਇਹ ਕਿਆ ਕਰਦੇ ਹੋ ਸਤਵੰਤ ਸਿੰਘ ਨੇ ਕਰਕੇ ਸਟੇਨ ਸਿੱਧੀ ਕਹਿਣ ਲੱਗਾ ਮੈਡਮ ਤੁਸੀਂ ਅਕਾਲ ਤਖਤ ਸਾਹਿਬ ਢਾਇਆ ਅਸੀਂ ਟੱਠੇ ਹੋਏ ਅਕਾਲ ਤਖਤ ਸਾਹਿਬ ਦਾ ਬਦਲਾ ਤੁਹਾਡੀ ਛਾਤੀ ਵਿੱਚ ਗੋਲੀਆਂ ਮਾਰ ਕੇ ਤੁਹਾਡੇ ਕੋਲੋਂ ਹੇ
ਤਖਤ ਸਾਹਿਬ ਨਾ ਸੁਣਦਾ ਸ਼ੇਰ ਕਿੱਥੋਂ ਲੈ ਤੂੰ ਜਗਾ ਜਾਣ ਬੁੱਝ ਕੇ ਤੂੰ ਨਾ ਕਰਦਾ ਸ਼ੇਰ ਕਾ ਜੋ ਅੜੇਗਾ ਅੰਤ ਨੂੰ ਚੜੇਗਾ ਜੋ ਅੜੇ